ਜਿਹੜੇ ਇੰਗਲੈਂਡ ਵਿੱਚ ਦੰਗੇ ਹੋਏ ਆ ਉਹਨਾਂ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਇੱਕ 17 ਸਾਲ ਦਾ ਅਫਰੀਕਨ ਮੂਲ ਦਾ ਮੁੰਡਾ ਸੀਗਾ ਤੇ ਉਹਨੇ ਤੇਜ਼ ਤਾਰ ਹਥਿਆਰ ਨਾਲ ਬੱਚਿਆਂ ਤੇ ਅਟੈਕ ਕਰ ਦਿੱਤਾ ਇਹ ਸਾਡੇ ਦੇਸ਼ 'ਚ ਆ ਕੇ ਸਾਡੇ ਜਵਾਕਾਂ ਨੂੰ ਮਾਰ ਰਹੇ ਆ ਵੀ ਤੁਸੀਂ ਕੀ ਸੁੱਤੇ ਪਏ ਆ ਵੀ ਗੋਰਿਆਂ ਨੂੰ ਕਿਹਾ ਆਪਣਿਆਂ ਨੂੰ ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਕਿਹਾ ਤੁਹਾਨੂੰ ਬ੍ਰਾਊਨ ਚਮੜੀ ਵਾਲਾ ਮਿਲਦਾ ਆ ਜਾਂ ਕਾਲੀ ਚਮੜੀ ਵਾਲਾ ਬ੍ਰਾਊਨ ਚਮੜੀ ਜਿੱਦਾਂ ਮਤਲਬ ਆਪਣੇ ਏਸ਼ੀਅਨ ਲੋਕ ਕਹਿੰਦੇ ਆ ਤੇ ਉਹਨਾਂ ਨੂੰ ਮਾਰੋ ਗੋਰੇ ਅਸਲ ਦੇ ਵਿੱਚ ਜਿਹੜੇ ਸਾਡੇ ਇਹ ਕਾਲਿਆਂ ਨੂੰ ਤਾਂ ਜਿਹੜੇ ਆ ਮਤਲਬ ਆਪਣੇ ਏਸ਼ੀਅਨ ਲੋਕ ਲੋਕ ਆ ਇਹਨਾਂ ਨੂੰ ਨਫ਼ਰਤ ਕਰਦੇ ਆ ਆ ਜਿਹੜਾ ਚਿੱਟਾ ਚਿੱਟੇ ਦੇ ਨਾਂ ਤੇ ਪੰਜਾਬ ਨੂੰ ਭੰਡਦੇ ਆ ਉਹ ਚਿੱਟਾ ਕੈਨੇਡਾ ਦੇ ਵਿੱਚ ਲੀਗਲ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਹੈਗੀ ਆ ਵੀ ਜਿਹੜੇ ਇੰਗਲੈਂਡ ਵਿੱਚ ਦੰਗੇ ਹੋਏ ਆ ਉਹਨਾਂ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਗੱਲ ਸ਼ੁਰੂ ਹੁੰਦੀ ਆ ਵੀ ਜਿਹੜਾ ਇੰਗਲੈਂਡ ਵਿੱਚ ਇੱਕ ਸ਼ੋਅ ਸੀਗਾ ਉਹ ਸ਼ੋਅ ਦੇਖਣ ਲਈ ਕਾਫੀ ਬੱਚੇ ਵੀ ਗਏ ਹੋ ਸੀਗੇ ਹਨਾ ਤੇ ਉਹ ਸ਼ੋਅ ਵਿੱਚ ਇੱਕ 17 ਸਾਲ ਦਾ ਅਫਰੀਕਨ ਮੂਲ ਦਾ ਮੁੰਡਾ ਸੀਗਾ ਤੇ ਉਹਨੇ ਤੇਜ਼ ਤਾਰ ਹਥਿਆਰ ਨਾਲ ਬੱਚਿਆਂ ਤੇ ਅਟੈਕ ਕਰ ਦਿੱਤਾ। ਉਹਦੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਤੇ ਦੋ ਬਜ਼ੁਰਗ ਤੇ ਤਿੰਨ ਬੱਚੇ ਮਤਲਬ ਜ਼ਖਮੀ ਹੋ ਗਏ। ਜਿਹੜਾ ਅਟੈਕ ਕਰਨ ਵਾਲਾ ਸੀਗਾ ਉਹ ਇੰਗਲੈਂਡ ਦਾ ਹੀ ਜੰਪਲਿਆ, ਇੰਗਲੈਂਡ ਦਾ ਸਿਟੀਜ਼ਨ ਹੀ ਆ ਤੇ ਉਹਦੇ ਮਾਪੇ ਆ ਉਹਦੇ ਉਹ ਅਫਰੀਕਨ ਮੂਲ ਦੇ ਆ। ਉਸ ਤੋਂ ਬਾਅਦ ਫਿਰ ਪ੍ਰੋਟੈਸਟ ਸ਼ੁਰੂ ਹੋ ਗਏ ਹਨਾ ਤੇ ਇਹਨਾਂ ਪ੍ਰੋਟੈਸਟ ਸ਼ੁਰੂ ਹੋਣ ਪਿੱਛੇ ਵੀ ਇਹ ਨਾ ਇੱਕ ਟੌਮੀ ਰੋਬਨਸਨ ਨਾਂ ਦਾ ਗੋਰਾ ਆ ਉਹਨੇ ਬਿਆਨ ਦਿੱਤਾ ਵੀ ਜਿਹੜੇ ਕਾਲੀ ਚਮੜੀ ਵਾਲੇ ਆ ਮੁਸਲਮਾਨ ਆ ਵੀ ਇਹ ਸਾਡੇ ਦੇਸ਼ ਚ ਆ ਕੇ ਸਾਡੇ ਜਵਾਕਾਂ ਨੂੰ ਮਾਰ ਰਹੇ ਆ ਵੀ ਤੁਸੀਂ ਕੀ ਸੁੱਤੇ ਪਏ ਆ ਵੀ ਗੋਰਿਆਂ ਨੂੰ ਕਿਹਾ ਆਪਣੇ ਨੂੰ ਆਪਣੇ ਕਮਿਊਨਿਟੀ ਦੇ ਲੋਕਾਂ ਨੂੰ ਕਿਹਾ ਜਿਹੜੇ ਕਾਲੀ ਚਮੜੀ ਦੇ ਲੋਕ ਆ ਮੁਸਲਮਾਨ ਆ ਵੀ ਉਹ ਸਾਡੇ ਬੱਚਿਆਂ ਨੂੰ ਮਾਰ ਰਹੇ ਜਦ ਕਿ ਉਹ ਮੁੰਡਾ ਜਿਹਨੇ ਮਾਰਿਆ ਉਹ ਮੁਸਲਮਾਨ ਵੀ ਨਹੀਂ ਹੋਏਗਾ 크ਰਿਸਚੀਅਨ ਹੀ ਆ ਉੱਤੇ ਉਹਦੇ ਬਿਆਨ ਤੋਂ ਬਾਅਦ ਮਤਲਬ ਉਹਨੇ ਜਿਹੜੇ ਕਾਫੀ ਪੜਕਾਉ ਜਿਹਾ ਬਿਆਨ ਦਿੱਤੇ ਉਸ ਤੋਂ ਬਾਅਦ ਮਤਲਬ ਇਹ ਫੇ ਦੰਗੇ ਸ਼ੁਰੂ ਹੋਏ ਆ ਉਹਨੇ ਪੜਕਾਉ ਬਿਆਨਾਂ ਦੇ ਆਪਣੇ ਕਿਹਾ ਵੀ ਵੀ ਜਿੱਥੇ ਵੀ ਤੁਹਾਨੂੰ ਬਰਾਊਨ ਚਮੜੀ ਵਾਲਾ ਮਿਲਦਾ ਆ ਜਾਂ ਕਾਲੀ ਚਮੜੀ ਵਾਲਾ ਬਰਾਊਨ ਚਮੜੀ ਜਿੱਤਾ ਮਤਲਬ ਆਪਣੇ ਏਸ਼ੀਅਨ ਲੋਕ ਕਹਿੰਦੇ ਆ ਤੇ ਉਹਨਾਂ ਨੂੰ ਮਾਰੋ ਵੀ ਅਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਲੋਕਾਂ ਨੂੰ ਰਹਿਣ ਨਹੀਂ ਦੇਣਾ ਹੁਣ ਤੁਸੀਂ ਦੱਸੋ ਵੀ ਜਿਹੜੇ ਆਪਣੇ ਲੋਕ ਆ ਇੱਥੇ ਜ਼ਮੀਨਾਂ ਵੇਚ ਵੇਚ ਮਤਲਬ ਜਿਨ੍ਹਾਂ ਦਾ ਹਲੇ ਜਵਾਕ ਉੱਥੇ ਪੀਆਰ ਮਿਲੀ ਨੂੰ ਸਾਲ ਵੀ ਨਹੀਂ ਹੋਇਆ ਹੁੰਦਾ ਉਹਦਾ ਮਗਰ ਟੱਬਰ ਵੀ ਇੱਥੋਂ ਜ਼ਮੀਨ ਵੇਚ ਕੇ ਇੱਕ ਤਾਂ ਹੁੰਦਾ ਵੀ ਉਦਾਂ ਹੀ ਚੱਲ ਜਾਂ ਹੈ ਇੱਥੇ ਜ਼ਮੀਨ ਵੇਚ ਕੇ ਚਲ ਜਾਂਦੇ ਆ ਵੀ ਇਹੀ ਮੁੜ ਕੇ ਘਰੇ ਇੱਥੇ ਨੂੰ ਆਉਣਾ ਹੀ ਨਹੀਂ ਸਮਾਂ ਬਦਲਣ ਲੱਗੇ ਕੋਈ ਪਤਾ ਨਹੀਂ ਲੱਗਦਾ ਦੂਜੀ ਗੱਲ ਜੇ ਕਹਦਾ ਹਾਂ ਨਾ ਵੀ ਨਸਲੀ ਭੇਦਭਾਵ ਸਿਰਫ ਇੰਡੀਆ 'ਚ ਹੀ ਹੁੰਦਾ ਆ ਗੋਰਿਆਂ 'ਚ ਵੀ ਬਹੁਤ ਆ ਗੋਰੇ ਅਸਲ ਦੇ ਵਿੱਚ ਜਿਹੜੇ ਸਾਡੇ ਕਾਲਿਆਂ ਨੂੰ ਤਾਂ ਜਿਹੜੇ ਆ ਮਤਲਬ ਆਪਣੇ ਏਸ਼ੀਅਨ ਲੋਕ ਲੋਕ ਆ ਇਹਨਾਂ ਨੂੰ ਨਫ਼ਰਤ ਕਰਦੇ ਆ ਬਹੁਤੇ ਲੋਕ ਗੋਰੇੜੇ ਕਟੜ ਗੋਰੇ ਆ ਉਹ ਮਤਲਬ ਜੇ ਇਸ ਏਰੀਏ ਦੇ ਵਿੱਚ ਏਸ਼ੀਅਨ ਲੋਕ ਜਾਂ ਕਾਲੇ ਲੋਕ ਰਹਿੰਦੇ ਆ ਉਹ ਏਰੀਏ ਛੱਡ ਕੇ ਚਲ ਜਾਂਦੇ ਦੂਜਾ ਆਪਣੇ ਲੋਕਾਂ 'ਚ ਭੇੜਚਾਲ ਵੀ ਬਹੁਤ ਆ ਮਤਲਬ ਹੁਣ ਜਿੱਦਾਂ ਨਾ ਆਪਣੇ ਲੋਕਾਂ 'ਚ ਬਾਹਰ ਜਾਣ ਲਈ ਦੌੜ ਪਈ ਉਹ ਇੱਕ ਦੂਜੇ ਤੋਂ ਮੋੜੇ ਵਿਆਹ ਦਾ ਜੋਆਕ ਚਲ ਗਿਆ ਮੇਰਾ ਕਿੱਦਾਂ ਰਹਿ ਗਿਆ ਮੈਂ ਪਿੱਛੇ ਕਿੱਦਾਂ ਰਹਿ ਗਿਆ ਨਾ ਇਸ ਕਰਕੇ ਇਸ ਵੇਲੇ ਸਾਰਿਆਂ ਨੂੰ ਬਾਹਰਲੇ ਮੋਲਕਾਂ ਦੀਆਂ ਚੰਗੇ ਗੁਣੇ ਦਿਖਦੇ ਆ ਤੇ ਪੰਜਾਬ ਦੇ ਸਾਰੇ ਮਾੜੇ ਗੁਣੇ ਦਿਖਦੇ ਆ ਜੇਨੂੰ ਮਰਜ਼ੀ ਪੁੱਛ ਕੇ ਦੇਖ ਲਓ ਇਹ ਪੰਜਾਬ ਦਾ ਨਸ਼ਾ ਆ ਪੰਜਾਬ ਦੇ ਵਿੱਚ ਤਾਂ ਡਰ ਦੂਜਾ ਗੈਂਗਸਟਰ ਆ ਇੱਥੇ ਤਾਂ ਕਰਾਪਸ਼ਨ ਬਹੁਤ ਆ ਉਹਨਾਂ ਨੂੰ ਭਲੇ ਆਮ ਆਨਸਾਂ ਨੂੰ ਪੁੱਛੇ ਵੀ ਬਾਹਰ ਨਸ਼ਾ ਹੈ ਨਹੀਂ ਇੱਥੇ ਨਾਲੋਂ ਪੰਜਾਬ ਨਾਲੋਂ ਜ਼ਿਆਦਾ ਨਸ਼ਾ ਆ ਉੱਥੇ ਤੇ ਗੈਂਗਸਟਰ ਬੜਵੜੀਆਂ ਜੁੜੀਆਂ ਬਾਰਡ ਦੀਆਂ ਜਿੱਦਾਂ ਕਹਿ ਲਓ ਵੱਡੀਆਂ ਗੈਂਗਾਂ ਤਾਂ ਹੈਗੀਆਂ ਬਾਰਲੇ ਦੇਸ਼ਾਂ 'ਚ ਐਡੀ ਵੱਡੀ ਗੈਂਗ ਮੇਰਾ ਖਿਆਲ ਇੰਡੀਆ 'ਚ ਨਹੀਂ ਹੋਣੀ ਜਿੱਦਾਂ ਦੀਆਂ ਗੈਂਗਾਂ ਬਾਹਲੇ ਮੁਲਕਾਂ ਦੇ ਵਿੱਚ ਆ ਤੇ ਕਰਾਪਸ਼ਨ ਕਰਾਪਸ਼ਨ ਵੀ ਉੱਤੇ ਪੂਰੀ ਫੋਲ ਜਲਦੀ ਆ ਕਿਹੜਾ ਇਹੋ ਜਿਹਾ ਮੁਲਕ ਮੈਨੂੰ ਇੱਕ ਵਾਰੀ ਦੱਸ ਦਿਓ ਵੀ ਜਿਹੜਾ ਕਹਦੇ ਵੀ ਇਸ ਮੁਲਕ ਦੇ ਵਿੱਚ ਕਰਾਪਸ਼ਨ ਬਿਲਕੁਲ ਨਹੀਂ ਹੈਗੀ ਹਰ ਜਗ੍ਹਾ ਕਰਾਪਸ਼ਨ ਵੀ ਆ ਡਰੱਗ ਵੀ ਹੁਣ ਕੈਨੇਡਾ ਵਰਗੇ ਮੁਲਕ ਦੇ ਵਿੱਚ ਤਾਂ ਡਰੱਗ ਲੀਗਲ ਕਰਤੀਓ ਆ ਜਿਹੜਾ ਚਿੱਟਾ ਚਿੱਟੇ ਦੇ ਨਾਂ ਤੇ ਪੰਜਾਬ ਨੂੰ ਭੰਡਦੇ ਆ ਉਹ ਚਿੱਟਾ ਕੈਨੇਡਾ ਦੇ ਵਿੱਚ ਲੀਗਲ ਆ ਮਤਲਬ ਪੰਜਾਬ ਦੇ ਵਿੱਚ ਤਾਂ ਫੇਰ ਵੀ ਕਿਸੇ ਨੂੰ ਡਰ ਹੋਊਗਾ ਵੀ ਜੇ ਚਿੱਟਾ ਆਇਆ ਤਾਂ ਉਹ ਪੁਲਿਸੇ ਫੜ ਲੂ ਜਾਂ ਕੁਝ ਵੀ ਹੋ ਜੂ ਹਨਾ ਉਹ ਜਿਸ ਕੰਟਰੀ ਵਿੱਚ ਹੈਗਾ ਇਲੀਗਲ ਆ ਉੱਥੇ ਡਰ ਕਾਦਾ ਅੱਗੇ ਆਪਣੇ ਪੰਜਾਬੀ ਜਾਂਦੇ ਸੀਗੇ ਪਰ ਕਮਾ ਕੇ ਵਾਪਸ ਆ ਜਾਂਦੇ ਸੀ ਫਿਰ ਗੋਰਿਆਂ ਨੇ ਸੋਚਿਆ ਵੀ ਇਹ ਤਾਂ ਬਈ ਸਾਡਾ ਪੈਸਾ ਬਾਹਰ ਜਾਣ ਲੱਪਿਆ ਫਿਰ ਉਹਨੀ ਪੀਆਰ ਦੇਣੀ ਸ਼ੁਰੂ ਕਰਤੀ ਉਹ ਪੀਆਰ ਨੂੰ ਆਪਣੇ ਪੰਜਾਬੀ ਬਹੁਤ ਵੱਡੀ ਪ੍ਰਾਪਤੀ ਸਮਝਣ ਲੱਪੇ ਪਰ ਉਹ ਪੀਆਰ ਦਾ ਮਤਲਬ ਇਹ ਸੀ ਵੀ ਸਾਡਾ ਪੈਸਾ ਸਾਡੇ ਦੇਸ਼ ਦਾ ਉਹ ਸਾਡੇ ਦੇਸ਼ 'ਚ ਰਵੇ ਉਹਨਾਂ ਨੂੰ ਕੀ ਆ ਉਹਨਾਂ ਨੂੰ ਪਤਾ ਆ ਵੀ ਵੱਧ ਤੋਂ ਵੱਧੇ ਪੂਰੀ ਜ਼ਿੰਦਗੀ 'ਚ ਇੱਕ ਘਰ ਤੇ ਗੱਡੀ بس دو ਚੀਜ਼ਾਂ ਤੋਂ ਇਲਾਵਾ ਤੀਜੀ ਚੀਜ਼ ਨਹੀਂ ਇਹ ਬਣਾ ਸਕਦੇ ਉਹ ਘਰ ਤੇ ਗੱਡੀ ਵੀ ਲੋਨ ਤੇ ਮਤਲਬ ਆ ਆਪਣੇ ਜਿੰਨੇ ਵੀ ਕੁਝ ਬੰਦਿਆਂ ਨੂੰ ਛੱਡ ਕੇ ਜਿਹਨੀਆਂ ਕੁਝ ਬੰਦਿਆਂ ਨੇ ਬਹੁਤ ਤਰੱਕੀ ਕੀਤੀ ਆ ਜ਼ਿਆਦਾਤਰ ਬੰਦੇ ਘਰ ਤੇ ਗੱਡੀ ਪਿੱਛੇ ਪੂਰੀ ਜ਼ਿੰਦਗੀ ਉੱਥੇ ਕੱਢ ਦਿੰਦੇ ਆ ਪਰ ਉਹ ਦੋਵੇਂ ਚੀਜ਼ਾਂ ਵੀ ਕਿਸ਼ਤਾਂ ਤੇ ਹੁੰਦੀਆਂ ਜਿੱਦਾਂ ਆਪਣੇ ਕੋਈ ਨਵਾਂ ਨਵਾਂ ਭਈਆ ਆਉਂਦਾ ਆਪਾਂ ਉਹਨੂੰ ਇੱਕ ਕਮਰਾ ਦੇ ਦੀਦਾ ਨਾਲੇ ਇੱਕ ਸਾਈਕਲ ਦੇ ਦੀਦਾ ਹਨ ਵੀ ਖੇਤਾਂ ਦੇ ਕੱਲੀ-ਕੱਲੀ ਮੋਟਰ ਤੇ ਢੇੜਾ ਮਾਰੀ ਜਾਂ ਇਦਾਂ ਉਹ ਘਰ ਤੇ ਗੱਡੀ ਦੇ ਦਿੰਦੇ ਆ ਬਸ ساری ਜ਼ਿੰਦਗੀ ਕਮਾ ਕਮਾ ਟੈਕਸ ਦੇਈ ਜਾਓ ਤੇ ਉਹ ਸਰਕਾਰ ਨੂੰ ਪੈਸਾ ਜਾਈ ਜਾਂਦਾ ਉਤੋਂ ਬਾਅਦ ਬਸ ਐਦਾਂ ਬੰਦਾ ਮੁੱਕ ਉਥੇ ਮੁੱਕ ਜਾਂਦਾ ਇਹਨਾਂ ਚੱਕਰਾਂ 'ਚ ਤੇ ਮਰਨ ਤੋਂ ਬਾਅਦ ਵੀ ਫਿਰ ਬੰਦੇ ਨੂੰ ਲੇਨ 'ਚ ਲੱਗਣਾ ਪੈਂਦਾ ਇਹ ਨਹੀਂ ਹੈਗਾ ਮਨ ਤੋਂ ਬਾਅਦ ਉਹਦਣੇ ਫੂਕ ਦਿੰਦੇ ਆ ਉਤੋਂ ਮਰਨ ਤੋਂ ਬਾਅਦ ਵੀ ਬੰਦੇ ਲੇਨ 'ਚ ਲੱਗਦੇ ਆ ਫਿਰ ਜਿੱਦਣ ਵਾਰੀ ਆਉਂਦੀ ਆ ਉਦਣ ਫੂਕਦੇ ਆ ਬਾਕੀ ਤੁਸੀਂ ਆਪ ਸਿਆਣੇ